ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮ ਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅੰਮ੍ਰਿਤਪਾਲ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਭੁੱਖ ਹੜਤਾਲ ਜਾਰੀ ਹੈ ਤੇ ਦੱਸ ਦਈਏ ਕਿ ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਆਟੇ ਦੇ ਵਿੱਚ ਗੁੰਨ ਕੇ ਜਿਹੜਾ ਤੰਬਾਕੂ ਮਿਲਾ ਕੇ ਦਿੱਤਾ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਬਹੁਤ ਗਲਤ ਹੈ ਜਦਕਿ ਸਿੱਖਾਂ ਦੇ ਨਾਲ ਇਹ ਧੱਕੇਸ਼ਾਹੀ ਹੋ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਨੇ ਤੇ ਦੇਖੋ ਪੇਪਰਾਂ ਦੇ ਵਿੱਚੋਂ ਮੈਂ ਵੀ ਇਹ ਫੜੀ ਖਬਰ ਪਰ ਮੈਂ ਸਮਝਦਾ ਜਿਹੜੇ ਜੇਲ੍ਹਾਂ ਦੇ ਵਿੱਚ ਹੁੰਦੇ ਖਾਸ ਕਰਕੇ ਐਨਐਸਏ ਦੇ ਵਿੱਚ ਉਹਨਾਂ ਦਾ ਮਹੀਨੇ ਬਾਅਦ ਚੈੱਕਅਪ ਵੀ ਹੁੰਦਾ ਪ੍ਰੋਪਰ ਮੈਡੀਕਲ ਵੀ ਹੋਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਡਾਈਟ ਆ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਜੇ ਇਦਾਂ ਦੀ ਗੱਲ ਹੋਈ ਆ ਤੇ ਬਹੁਤ ਮਾੜੀ ਆ ਤੇ ਮੈਂ ਸਮਝਦਾ ਉੱਥੇ ਦੀ ਜਿਹੜੀ ਜੇਲ੍ਹ ਅਥਾਰਟੀ ਆ ਉਹਨਾਂ ਨੂੰ ਤੁਰੰਤ ਇਹਦੇ ਉੱਤੇ ਜਿਹੜਾ ਆ ਉਹ ਗੌਰ ਕਰਨਾ ਚਾਹੀਦਾ ਕਿਉਂਕਿ ਗੁਰੂ ਕੇ ਸਿੱਖ ਆ ਅੰਮ੍ਰਿਤਧਾਰੀ ਆ ਤਿਆਰ ਬਰ ਤਿਆਰ ਆ ਤੇ ਮੈਂ ਤਾਂ ਇਹ ਵੀ ਚਾਹੂੰਗਾ ਵੀ ਜੇ ਨਹੀਂ ਤਾਂ ਉਹਨਾਂ ਨੂੰ ਆਪ ਹੀ ਪ੍ਰਸ਼ਾਦਾ ਤਿਆਰ ਕਰਨ ਦਾ ਉੱਥੇ ਜਿਹੜਾ ਆ ਪਰਮਿਸ਼ਨ ਦੇ ਦੇਣੀ ਚਾਹੀਦੀ ਤਾਂ ਕਿ ਉਹ ਆਪਣੇ ਲੰਗਰ ਆਪ ਹੀ ਸਜਾ ਲਿਆ ਕਰਨ। ਦੇਖੋ ਇਹ ਵੀ ਮੈਂ ਸਮਝਦਾ ਇੱਕ ਤਰਾਸਦੀ ਆ ਵੀ ਜਿਹੜੇ ਅੱਜ ਹਜ਼ਾਰਾਂ ਮੀਲ ਦੂਰ ਬੈਠੇ ਆ ਇਹ ਪੰਜਾਬ ਸਰਕਾਰ ਪਤਾ ਨਹੀਂ ਕਿਹੜੇ ਭੈ ਦੇ ਵਿੱਚ ਬੈਠੀ ਆ ਜਾਂ ਕਿਹੜਾ ਇਹਨਾਂ ਦੇ ਮਨ ਦੇ ਵਿੱਚ ਹੁਣ ਜਿਹੜਾ ਹਜ਼ਾਰਾਂ ਕੋਹਾਂ ਦੂਰ ਬੈਠਾ ਉਹਨੂੰ ਕਮ ਸੇ ਕਮ ਕਿਤੇ ਹਫ਼ਤੇ 'ਚ ਇੱਕ ਅੱਧ ਵਾਰ ਉਹਨੂੰ ਜਿਹੜਾ ਆਪਣੇ ਪਰਿਵਾਰ ਦੇ ਨਾਲ ਸੁੱਖ ਸ਼ਾਂਤ ਪੁੱਛਣ ਲੈਣੀ ਚਾਹੀਦੀ। ਇਹ ਤਾਂ ਮੈਂ ਸਮਝਦਾ ਮਨੁੱਖੀ ਹੱਕਾਂ ਹਕੂਕਾਂ ਦੀ ਵੀ ਜਿਹੜੀ ਆ। ਦੇਖੋ ਪੇਪਰਾਂ ਦੇ ਵਿੱਚੋਂ ਮੈਂ ਵੀ ਇਹ ਫੜੀ ਖਬਰ ਪਰ ਮੈਂ ਸਮਝਦਾ ਜਿਹੜੇ ਜੇਲ੍ਹਾਂ ਦੇ ਵਿੱਚ ਹੁੰਦੇ ਖਾਸ ਕਰਕੇ ਐਨਐਸਏ ਦੇ ਵਿੱਚ ਉਹਨਾਂ ਦਾ ਮਹੀਨੇ ਬਾਅਦ ਚੈੱਕਅਪ ਵੀ ਹੁੰਦਾ ਪ੍ਰੋਪਰ ਮੈਡੀਕਲ ਵੀ ਹੋਣਾ ਚਾਹੀਦਾ ਅਤੇ ਉਹਨਾਂ ਦੀ ਜਿਹੜੀ ਡਾਈਟ ਆ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਅਤੇ ਜੇ ਇੱਦਾਂ ਦੀ ਗੱਲ ਹੋਈ ਆ ਤਾਂ ਬਹੁਤ ਮਾੜੀ ਆ ਅਤੇ ਮੈਂ ਸਮਝਦਾ ਉੱਥੇ ਦੀ ਜਿਹੜੀ ਜੇਲ੍ਹ ਅਥਾਰਟੀ ਆ ਉਹਨਾਂ ਨੂੰ ਤੁਰੰਤ ਇਹਦੇ ਉੱਤੇ ਜਿਹੜਾ ਆ ਉਹ ਗੌਰ ਕਰਨਾ ਚਾਹੀਦਾ ਕਿਉਂਕਿ ਗੁਰੂ ਕੇ ਸਿੱਖ ਆ ਅੰਮ੍ਰਿਤਧਾਰੀ ਆ ਤਿਆਰ ਬਰ ਤਿਆਰ ਆ ਅਤੇ ਮੈਂ ਤਾਂ ਇਹ ਵੀ ਚਾਹੂੰਗਾ ਵੀ ਜੇ ਨਹੀਂ ਤਾਂ ਉਹਨਾਂ ਨੂੰ ਆਪ ਹੀ ਪ੍ਰਸ਼ਾਦਾ ਤਿਆਰ ਕਰਨ ਦਾ ਉੱਥੇ ਜਿਹੜਾ ਆ ਪਰਮਿਸ਼ਨ ਦੇ ਦੇਣੀ ਚਾਹੀਦੀ ਤਾਂ ਕਿ ਉਹ ਆਪਣੇ ਲੰਗਰ ਆਪ ਹੀ ਸਜਾ ਲਿਆ ਕਰਨ। ਦੇਖੋ ਇਹ ਵੀ ਮੈਂ ਸਮਝਦਾ ਇੱਕ ਤਰਾਸਦੀ ਆ ਵੀ ਜਿਹੜੇ ਅੱਜ ਹਜ਼ਾਰਾਂ ਮੀਲ ਦੂਰ ਬੈਠੇ ਆ ਇਹ ਪੰਜਾਬ ਸਰਕਾਰ ਪਤਾ ਨਹੀਂ ਕਿਹੜੇ ਭੈ ਦੇ ਵਿੱਚ ਬੈਠੀ ਆ ਜਾਂ ਕਿਹੜਾ ਇਹਨਾਂ ਦੇ ਮਨ ਦੇ ਵਿੱਚ ਹੁਣ ਜਿਹੜਾ ਹਜ਼ਾਰਾਂ ਕੋਹਾਂ ਦੂਰ ਬੈਠਾ ਉਹਨੂੰ ਕਮ ਸੇ ਕਮ ਕਿਤੇ ਹਫ਼ਤੇ 'ਚ ਇੱਕ ਅੱਧ ਵਾਰ ਉਹਨੂੰ ਜਿਹੜਾ ਆਪਣੇ ਪਰਿਵਾਰ ਦੇ ਨਾਲ ਸੁੱਖ ਸ਼ਾਂਤ ਪੁੱਛਣ ਲੈਣੀ ਚਾਹੀਦੀ। ਇਹ ਤਾਂ ਮੈਂ ਸਮਝਦਾ ਮਨੁੱਖੀ ਹੱਕਾਂ ਹਕੂਕਾਂ ਦੀ ਵੀ ਜਿਹੜੀ ਆ